ਤੇ ਮੈਂ ਤੇਰੇ ਸਾਰੇ ਸ਼ਗਨ ਕਰਨੇ ਸੀ ਜੇ ਤੇਰੀ ਫਲਾਈਟ ਨਹੀਂ ਜਲਦੀ ਨਾ ਹੁੰਦੀ ਤੇ ਚਲ ਆ ਜਾਓ ਹੁਣ ਅੰਦਰ ਆ ਜਾ ਪੁੱਤ ਮੈਂ ਤੈਨੂੰ ਤੇਰਾ ਰੂਮ ਦਿਖਾਵਾਂ मैं तेरे वास्ते लियावा कुछ खाण पीन नू ठीक है ममा असी सारा कुछ खा पी के आए हैं ते तुसी हुण जाओ मैनू थोड़ी देर रेस्ट करन दो चंगा पुत तू रेस्ट कर ले जे किसी चीज दी लोड़ होई मैनू आवाज मार ली ठीक है चल मिलते हैं ठीक है ममा पहला ना अपनी भैन नू कर दिया फोन उन्हू सुनानी है खुशखबरी भैन फोन करा पहला हेलो सत श्री अकाल भैन हाँ होर की हाल चाल है मैं भी ठीक हाँ तेन खुशखबरी सुनावा मेरा मुंडा विआह करके आ गई PR कुड़ी नाल बस साडा तेन वीजा लगा समझ पहला मुंडा जाएगा उन्हें जाके मेरी टिकट भेज देनी है मैं भी बाहर चल जाना हाँ भैन सही गल है चल ठीक है भैन ओके मैं वेखा वोटी ने कुछ चाहिए तो नहीं अंदर चंगा देखा किसी चीज़ की लोड़ तो नहीं नवी समी है उन्हें कड़ा मंगनी है आपे ही पुछना पैना जाके हाय मैं मर जा मेरी धीए तू एवें बैठी है इन्नी ठंड है पोते बाहर वाली ठंड नहीं है इंडिया वाली ठंड है ये बड़ी माड़ी है मैं तेनू कंबल लिया के दिनी है नहीं नहीं मम्मा रहन दो नहीं तेनू ज्यादा पता नहीं मेरी कंबल है हाय मैं मर जा किन्नी ठंड है चल हाय मैं मर जा इन्ने ठंडे हाथ उमा रहन दो नहीं पुत तन्नू की पता है रहन क्यों दो ठंड पता किन्नी है मैं कर ला पुत फुलका मैं अंदर लिया था कि बाहर आओगे खाने वास्ते ਮਮਾ ਇਹ ਕਿਹੜਾ ਟਾਈਮ ਹੈ ਫੁਲਕਾ ਖਾਣ ਦਾ ਇਹ ਟਾਈਮ ਤੇ ਮੇਰਾ ਸੂਪ ਦਾ ਹੁੰਦਾ ਤੁਸੀਂ ਸੂਪ ਬਣਾ ਦਿਓ ਮੈਨੂੰ ਠੀਕ ਹੈ ਪੁੱਤ ਮੈਂ ਤੈਨੂੰ ਸੂਪ ਬਣਾ ਕੇ ਲਿਆ ਦਿੰਦੀ ਮੇਰਾ ਵੀ ਸੜਿਆ ਦਿਮਾਗ ਉਹ ਪੁੱਤ ਮੈਨੂੰ ਪੁੱਛਣਾ ਨਹੀਂ ਯਾਦ ਰਿਹਾ ਸੂਪ ਵੈਜ ਲੈਣਾ ਕਿ ਨੋਨ ਵੈਜ ਲੈਣਾ ਮਮਾ ਵੈਜ ਸੂਪ ਲੈਣਾ ਮੈਂ ਠੀਕ ਹੈ ਬੇਟਾ ਤੁਸੀਂ ਇਹਨੇ ਚੇਂਜ ਕਰੋ ਮੈਂ ਸੂਪ ਲੈ ਕੇ ਆਈ ਠੀਕ ਹੈ चल चेंज ही कर ला पहले मम्मी की बना रहे हो मैं बना रही हूं सूप किदे वास्ते अपनी NRI नूह वास्ते अच्छा फिर नूह दी सेवा हुंदी भी है करनी नहीं सेवा अगली PR है सेवा करांगे ते मेवा मिलेगा ताई कनाडा जावांगे अच्छा फिर मैं खा ला ना ना रख लू रहन ओनू पारा खांदी आत नहीं ओ हल्का खांदी है चलो ठीक है भाई खवा लो नूह नू लो बेटा जी पहले सूप पियो सैंडविच खाओ थैंक यू मामा
ਕੋਈ ਨਹੀਂ ਪੁੱਤ, ਥੈਂਕ ਯੂ ਵਾਲੀ ਕਿਹੜੀ ਗੱਲ ਹੈ। ਪੁੱਤ ਟੇਸਟੀ ਹੈ। ਹਾਂ ਮੰਮਾ, ਬਹੁਤ ਟੇਸਟੀ ਹੈ। ਠੀਕ ਹੈ, ਮੈਂ ਜਾਵਾਂ ਬਾਹਰ। ਮੰਮੀ ਦੇ ਆਇਓ ਸੂਪ, ਮੇਰੇ ਕੋਲ ਵੀ ਬਹਿ ਜਾਓ, ਤੁਸੀਂ ਤਾਂ ਨੂੰਹ ਦੀ ਸੇਵਾ 'ਚ ਲੱਗੇ ਹੋਏ ਹੋ। ਕੀ ਕਹਿੰਦੀ ਹੈ, ਸੂਪ ਕਿਹੋ ਜਿਹਾ ਲੱਗਿਆ ਉਹਨੂੰ? ਮਾਸਾ ਜਿੰਨੀ ਆਕੜ ਨਹੀਂ ਸ, ਇਹ ਸਾਡੀਆਂ ਕੁੜੀਆਂ ਆਈਲੈਟਸ ਕਰ ਲੈਣ ਅਤੇ ਕਹਿਣੀਆਂ ਸਾਡੇ ਵਾਲਾ ਕੋਈ ਬੰਦਾ ਹੀ ਨਹੀਂ ਹੈ, ਅਤੇ ਇਹਦੇ ਵੱਲ ਵੇਖ, ਅਗਲੀ ਪੀ ਆਰ ਹੈ ਅਤੇ ਇੱਕ ਪੈਸੇ ਦੀ ਆਕੜ ਨਹੀਂ ਇਹਦੇ ਅੰਦਰ। ਪੁੱਤ ਜਿੱਦਾਂ ਹੀ ਇਹ ਤੇਰਾ ਕੰਮ ਬਣਾਉਂਦੀ ਹੈ ਨਾ ਬਾਹਰ ਦਾ, ਤੂੰ ਜਾਂਦੇ ਸਾਰ ਹੀ ਮੈਨੂੰ ਟਿਕਟ ਭੇਜਦੀ, ਮੈਨੂੰ ਬੜਾ ਹੀ ਚਾਅ ਕਨੇਡਾ ਜਾਣ ਦਾ। ਪੁੱਤ 60 ਲੱਖ ਤਾਂ ਲੱਗ ਗਿਆ, ਪਰ ਇੱਕ ਵਾਰੀ ਕਨੇਡਾ ਜ਼ਰੂਰ ਘੁੰਮ ਕੇ ਆਉਣਾ, ਪੈਸੇ ਦਾ ਕੀ ਉੱਤੇ ਆਉਣੀ ਜਾਣੀ ਮਾਇਆ। ਮੰਮੀ 60 ਲੱਖ ਇਹਦੇ 'ਤੇ ਲਾਇਆ ਸੀ, ਇਹੀ ਸਾਡੇ ਘਰ ਆ ਗਈ ਹੈ, ਠੀਕ ਨਹੀਂ? ਜਿਸ ਦਿਨ ਇਹਨੇ ਮੈਨੂੰ ਬਾਹਰ ਬੁਲਾ ਲਿਆ, 60 ਲੱਖ ਤਾਂ ਮੈਂ 6 ਮਹੀਨੇ 'ਚ ਕਮਾ ਲੈਣਾ। ਅੱਛਾ ਮੰਮੀ, ਚੰਗਾ ਧੀਏ, ਧਿਆਨ ਨਾਲ ਜਾਈ ਅਤੇ ਮੁੰਡੇ ਦਾ ਕੰਮ ਨਾ ਛੇਤੀ ਬਣਾ ਦੇਈਂ। ਤੈਨੂੰ ਪਤਾ ਹੀ ਹੈ ਇੱਥੇ ਉਹ ਕੰਮ ਕਾਜ ਹੈ ਨਹੀਂ, ਇਹ ਜਾਏਗਾ ਬਾਹਰ ਤਾਂ ਹੀ ਮੇਰੀ ਟਿਕਟ ਭੇਜੇਗਾ ਨਾ, ਤਾਂ ਹੀ ਮੈਂ ਤੁਹਾਡੇ ਕੋਲ ਆਵਾਂਗੀ, ਫਿਰ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਬਣਾ ਕੇ ਦੇਵਾਂਗੀ। ਠੀਕ ਹੈ ਮੰਮੀ, ਜਲਦੀ ਕੰਮ ਬਣਾ ਦਾਂਗੀ ਮੈਂ। ਠੀਕ ਹੈ ਬੱਚਾ, ਬਾਏ ਮੰਮਾ। ਲਿਆਓ, ਪਾਪਾ ਆ ਗਏ ਹੋਣੇ ਆ ਬਾਹਰ ਮੇਰੇ, ਅਤੇ ਹੁਣ ਠੀਕ ਹੈ, ਤੁਸੀਂ ਵੀ ਆਪਣਾ ਧਿਆਨ ਰੱਖਿਓ। ਓਕੇ। ਘਰ ਖਾਲੀ ਖਾਲੀ ਜਿਹਾ ਲੱਗਣ ਲੱਗ ਗਿਆ ਨਾ। ਟਿੰਮੀ, ਸੋਨੀ ਨੂੰ ਫੋਨ 'ਤੇ ਕਰ, ਸਹੀ ਸਲਾਮਤ ਪਹੁੰਚ ਗਈ? ਪੁੱਛਦਾ ਮੰਮੀ। ਕੀ ਹੋਇਆ ਪੁੱਤ? ਹੋਇਆ ਤਾਂ ਕੁਛ ਨਹੀਂ ਮੰਮੀ, ਇੱਥੋਂ ਨਾ ਫੋਨ ਲੱਗਦੇ ਨਹੀਂ ਹੁੰਦੇ, ਜਾਂ ਫਿਰ ਕੰਮ ਕੁੰਮ 'ਤੇ ਹੋਣੀ ਹੈ। ਜਦੋਂ ਫ੍ਰੀ ਹੋਏਗੀ ਫਿਰ ਕਰ ਲਵਾਂਗਾ ਕਿ ਨਹੀਂ? ਚੱਲ ਮੈਂ ਵੀ ਰੋਟੀ ਬਣਾ ਲਾਂ, ਇਹਨੇ ਨੂੰ ਉਹ ਵੀ ਕਰ ਲੇਗੀ ਫੋਨ। ਯਾਰ ਫੋਨ ਮਿਲਿਆ ਨਹੀਂ, ਮੈਂ ਇੱਕ ਵਾਰ ਦੁਬਾਰਾ ਕਰਕੇ ਵੇਖਾਂ। ਤੇ ਸਵਿੱਚ ਆਫ ਆਉਂਦਾ ਪਿਆ। ਮੰਮੀ ਆ ਲੈ ਜਾਓ ਭਾਂਡੇ, ਬਸ ਖਾ ਲਈ ਰੋਟੀ ਮੈਂ। ਕੀ ਗੱਲ ਪੁੱਤ, ਤੂੰ ਫੁਲਕਾ ਵੀ ਖਾਧਾ ਔਰ ਸਾਗ ਵਿੱਚ ਛੱਡਤਾ? ਬਸ ਮੰਮੀ ਮੂਡ ਜਾਣੀ ਆ, ਜੀ ਜਾਣੀ ਕਰ ਰਿਹਾ ਰੋਟੀ ਖਾਣ 'ਤੇ ਨਾ, ਭੁੱਖ ਨਹੀਂ ਹੈ। ਚੱਲਾ ਹੋਇਆ, ਇੰਨੀ ਟੈਨਸ਼ਨ ਕਿਉਂ ਲੈ ਰਿਹਾ? ਤੈਨੂੰ ਪਤਾ ਨਾ ਬਾਹਰ ਵਾਲੇ ਲੋਕਾਂ ਦੀ ਲਾਈਫ ਕਿੰਨੀ ਬਿਜ਼ੀ ਹੁੰਦੀ ਹੈ, ਜਦੋਂ ਫ੍ਰੀ ਹੋਏਗੀ ਨਾ ਉਹਨੇ ਆਪੇ ਹੀ ਫੋਨ ਕਰ ਲੈਣਾ। ਚੱਲ ਪੁੱਤ ਤੂੰ ਵੀ ਸੋ ਜਾਣਾ, ਰਾਤ ਬਹੁਤ ਹੋ ਗਈ। ਠੀਕ ਹੈ? ਠੀਕ ਹੈ ਮੰਮੀ ਜੀ, ਸੋ ਜਾਣਾ। ਇੱਕ ਵਾਰ ਹੋਰ ਕਰਕੇ ਵੇਖਾਂ ਫੋਨ। ਟਾਈਮ ਚੈੱਕ ਕਰਾਂ ਕਨੇਡਾ ਦਾ ਕੀ ਹੈ। ਯਾਰ ਕਨੇਡਾ
ਬੈੱਡਾਂ 'ਚ ਤਾਂ ਅਜੇ ਸਵੇਰ ਦੇ 11 ਵਜੇ ਨੇ। ਮੰਮੀ ਨੂੰ ਕੀ ਜਵਾਬ ਦਾਂਗਾ? ਚੱਲ ਕੋਈ ਨਹੀਂ, ਹੁਣ ਸਵੇਰੇ ਹੀ ਕਰਦਾ ਫੋਨ, ਦੇਖਦੇ ਹਾਂ। ਯਾਰ ਸਵੇਰ ਹੋ ਗਈ ਹੈ, ਕੱਲ ਸਾਰਾ ਦਿਨ ਫੋਨ ਕਰਦਾ ਰਿਹਾ, ਇਹਨੇ ਰਾਤ ਵੀ ਨਹੀਂ ਫੋਨ ਕੀਤਾ, ਕੀ ਕਰਾਂ? ਹੁਣ ਕਰਕੇ ਵੇਖਦਾ ਇੱਕ ਵਾਰ, ਸ਼ਾਇਦ ਚੱਕ ਹੀ ਲਿਆ। ਇੱਕ ਤਾਂ ਬਾਹਰ ਵਾਲਿਆਂ ਦੇ ਫੋਨ ਦੀ ਸਮਝ ਨਹੀਂ ਆਉਂਦੀ, ਬੈਲਾਂ ਜਾਂਦੀਆਂ ਨੇ ਕਿ ਕੀ ਹੁੰਦਾ, ਫੋਨ ਹੀ ਨਹੀਂ ਚੱਕਿਆ ਨੇ, ਫਿਰ ਕੀ ਕਰਾਂ? ਟਿੰਮੀ ਆ ਗਿਆ ਫੋਨ? ਬੀਜ਼ੀ ਬੂਜ਼ੀ ਹੋਣੀ ਹੈ, ਮਿਲਾਇਆ ਤਾਂ ਆ ਸੀ, ਚੱਕਿਆ ਨਹੀਂ ਉਹਨੇ ਫੋਨ ਨਾ। ਚੱਲ ਇੱਕ ਵਾਰੀ ਫਿਰ ਲਾ ਕੇ ਦੇਖ। ਕਰਦਾ ਮੰਮੀ। ਕੱਟ ਤਾਂ ਉਹਨੇ ਨਾ ਫੋਨ, ਮੈਨੂੰ ਲੱਗਦਾ ਕੰਮ 'ਤੇ ਹੋਣੀ ਹੈ ਤਾਂ ਕਰਕੇ ਕੱਟਿਆ ਉਹਨੇ ਫੋਨ। ਮੰਮੀ ਮੈਂ ਪਤਾ ਕੀ ਸੋਚਦਾ ਪਿਆ, ਜਦੋਂ ਤੱਕ ਮੇਰੀ ਫਾਈਲ ਲੱਗਦੀ ਨਹੀਂ ਨਾ ਤਾਂ ਤੱਕ ਮੈਂ ਇੱਥੇ ਕੋਈ ਜੋਬ ਜੂਬ ਦੇਖ ਲੈਂਦਾ, ਕਿਉਂਕਿ ਤੁਹਾਨੂੰ ਪਤਾ ਲੋਨ ਵੀ 60 ਲੱਖ ਦਾ ਅਤੇ ਕਿਸ਼ਤ ਵੀ ਆਈ ਖੜ੍ਹੀ, ਹੁਣ ਭਰਨੀ ਤਾਂ ਹੈ ਹੀ ਹੈ ਨਾ ਕਿ ਨਹੀਂ? ਚੱਲ ਠੀਕ ਹੈ, ਵੇਖ ਲਾ ਫਿਰ ਕੋਈ ਕੰਮ, ਜਦੋਂ ਤੇਰੀ ਫਾਈਲ ਲੱਗ ਗਈ ਤੂੰ ਬਾਹਰ ਚਲਾ ਗਿਆ ਤਾਂ ਸਾਰੇ ਕੰਮ ਆਪੇ ਹੀ ਲੋਟ ਆ ਜਾਣੇ ਨੇ। ਮੰਮੀ ਬਸ ਇੱਕ ਵਾਰ ਚਲਾ ਜਾ, ਫਿਰ ਤਾਂ ਮੈਂ ਸਾਰੇ ਕਰਜ਼ੇ ਲਾ ਦਾਂਗਾ। ਮੰਮੀ 10-15 ਦਿਨ ਹੋ ਗਏ ਨੇ, ਫੋਨ ਕਰਕੇ ਵੇਖ ਕੀ ਪਤਾ ਚੱਕ ਹੀ ਲੈ। ਕਰਦਾ ਮੰਮੀ। ਗਈ ਬੈੱਲ। ਹੈਲੋ, ਹਾਂ ਹੈਲੋ, ਹਾਂ ਸੋਨੀ, ਹੋਰ ਕੀ ਹਾਲ ਹੈ? ਮੈਂ ਤੈਨੂੰ ਕਿੰਨੇ ਦਿਨਾਂ ਤੂੰ ਫੋਨ ਲਾਉਂਦਾ ਸੀ, ਤੂੰ ਫੋਨ ਹੀ ਨਹੀਂ ਚੱਕਦੀ, ਪਤਾ ਨਹੀਂ ਮਿਲਦਾ ਨਹੀਂ ਕਿ ਤੂੰ ਚੱਕ ਨਹੀਂ ਰਹੀ, ਕੋਈ ਸਮਝ ਨਹੀਂ ਆ ਰਹੀ ਸੀ। ਮੈਂ ਹੀ ਨਹੀਂ ਚੱਕ ਰਹੀ ਸੀ ਤੇਰਾ ਫੋਨ, ਦੱਸ ਕੀ ਕਹਿਣਾ? ਸੋਨੀ ਤੂੰ ਗੱਲ ਕਿੱਦਾਂ ਕਰਦੀ ਹੈ, ਕੋਈ ਪ੍ਰੋਬਲਮ ਹੈਗੀ? ਪ੍ਰੋਬਲਮ ਇਹ ਹੈ ਕਿ ਮੈਂ ਤੈਨੂੰ ਨਹੀਂ ਬੁਲਾ ਰਹੀ। ਮਤਲਬ ਹੈ ਕਿ ਮੈਂ ਤੈਨੂੰ ਬੁਲਾਉਣਾ ਹੀ ਨਹੀਂ ਚਾਹੁੰਦੀ, ਨਾ ਹੀ ਮੈਂ ਤੇਰੀ ਫਾਈਲ ਲਗਾਈ ਹੈ। ਇਸ ਜਨਮ 'ਤੇ ਤੇਰੀ ਫਾਈਲ ਲੱਗਣੀ ਨਹੀਂ, ਨਾ ਮੈਂ ਲਗਾਉਣੀ ਹੈ। ਨਾਲੇ ਕਿਵੇਂ ਨਹੀਂ ਬੁਲਾਏਂਗੀ ਤੂੰ? 60 ਲੱਖ ਰੁਪਇਆ ਖਰਚਿਆ, ਠੀਕ ਹੈ, ਬੁਲਾਉਣਾ ਤਾਂ ਤੈਨੂੰ ਪਏਗਾ, ਨਹੀਂ ਤਾਂ ਮੇਰਾ ਪੈਸਾ ਮੋੜ। ਤੇਰਾ 60 ਲੱਖ ਗਿਆ ਖੂਬ ਖਾਤੇ 'ਚ, ਅਤੇ ਮੈਨੂੰ ਦੁਬਾਰਾ ਫੋਨ ਨਾ ਕਰੀ, ਬਸ। ਮੈਂ ਨਹੀਂ ਤੈਨੂੰ ਫੋਨ ਕਰਾਂਗਾ, ਤੈਨੂੰ ਤਾਂ ਹੁਣ ਥਾਣਿਓਂ ਫੋਨ ਆਏਗਾ, ਠੀਕ ਹੈ? ਚੱਲ ਕੋਈ ਨਾ, ਤੇਰੇ ਵਰਗੇ 20 ਦੇਖੇ। ਸੋਨੀ 20 ਜ਼ਰੂਰ ਤੂੰ ਦੇਖੇ ਹੋਣਗੇ, ਪਰ ਮੇਰੇ ਵਰਗਾ ਨਹੀਂ ਕੋਈ ਦੇਖਿਆ ਤੂੰ। ਇੰਨਾ ਹਿਸਾਬ ਲਾਲਾ, ਡਿਪੋਰਟ ਤੈਨੂੰ ਕਰਾ ਕੇ ਰਹਾਂਗਾ। ਤੂੰ ਵਿਆਹੀ ਹੈ ਮੇਰੇ ਨਾਲ, ਧੋਖਾ ਨਹੀਂ ਕਰ ਸਕਦੀ, ਔਰ ਪੱਕੇ ਕੰਮ ਹੋਏ ਨੇ ਸਾਰੇ। ਹਾਂ ਹੋਇਆ ਸੀ ਵਿਆਹ, ਉਹ ਇੱਕ ਫਰੋਡ ਸੀ। ਮੈਂ ਤੇਰਾ ਫੋਨ ਅੱਜ ਤਾਂ ਹੀ ਚੱਕਿਆ ਇਸ ਚੀਜ਼ ਨੂੰ ਕਲੀਅਰ ਕਰਨ ਵਾਸਤੇ ਕਿ ਮੈਂ ਤੈਨੂੰ ਨਹੀਂ ਬੁਲਾ ਰਹੀ, ਔਰ ਤੂੰ ਮੈਨੂੰ ਵਾਰ ਵਾਰ ਫੋਨ ਕਰਕੇ ਡਿਸਟਰਬ ਨਾ ਕਰਿਆ ਕਰ, ਕਿਉਂਕਿ ਮੈਂ ਆਪਣੇ ਜੋਬ 'ਤੇ ਹੁੰਦੀ ਹਾਂ। ਔਰ ਇੱਕ ਗੱਲ ਮੇਰੀ ਸੁਣ ਲੈ, ਤੇਰੇ ਤੋਂ ਜੋ ਹੁੰਦਾ ਨਾ ਤੂੰ ਉਹ ਕਰ ਲੈ, ਬਾਹਰ 'ਤੇ ਤੈਨੂੰ ਮੈਂ ਬੁਲਾਉਣਾ ਨਹੀਂ। ਹੈਲੋ ਸੋਨੀ, ਉਹ ਤਾਂ ਕੀ ਗੱਲ ਹੋ ਗਈ, ਤੁਹਾਡੀ ਬੜੀਆਂ ਵਧੀਆ ਘੱਟੀ ਗੱਲਾਂ ਹੁੰਦੀਆਂ ਪਈਆਂ ਸੀ, ਕੀ ਕਿਹਾ ਸੋਨੀ ਨੇ, ਕਿਉਂ ਬੋਲਦਾ ਪੈਸੇ ਦਿਨ ਇੱਦਾਂ? ਹੋਣਾ ਕੀ ਹੈ, ਕਹਿੰਦੀ ਆਪਣਾ 60 ਲੱਖ ਭੁੱਲ ਜਾਓ, ਘਰ ਬਹਿ ਜਾਓ, ਕੋਈ ਵੀਜ਼ਾ ਵੂਜ਼ਾ ਨਹੀਂ ਹੈ। ਹੋ ਜੇ ਤੂੰ ਇਹਦੀ ਰਿਪੋਰਟ ਕਰਾ ਪੁਲਿਸ 'ਚ। ਕੋਈ ਫਾਇਦਾ ਨਹੀਂ ਮੰਮੀ,
ਇਹਦੇ ਵਿੱਚ ਆਪਣੀ ਬਦਨਾਮੀ ਹੈ, ਅਖਬਾਰਾਂ ਦੇ ਵਿੱਚ ਖਬਰ ਲੱਗ ਜਾਣੀ ਹੈ, ਆਪਾਂ ਕਿਤੇ ਬਹਿਣ ਖਲੋਣ ਜੋਗੇ ਨਹੀਂ ਰਹਾਂਗੇ। ਚੁੱਪ ਕਰ ਜਾਓ ਮੰਮੀ, ਰੋਣ ਦਾ ਕੀ ਫਾਇਦਾ? ਪੁੱਤ ਆਪਾਂ ਹੁਣ ਕੀ ਕਰਾਂਗੇ, 60 ਲੱਖ ਦਾ ਕਰਜ਼ਾ ਹੋ ਗਿਆ ਤੇਰੇ ਸਿਰ 'ਤੇ, ਕਰਜ਼ਾ ਲਾਂਦੇ ਲਾਂਦੇ ਤੇਰੇ ਵਾਲ ਵੀ ਚਿੱਟੇ ਹੋ ਜਾਣੇ ਨੇ। ਗਲਤੀ ਸਾਡੀ ਵੀ ਹੈ, ਅਸੀਂ ਇਸ ਕੁੜੀ ਬਾਰੇ ਪਤਾ ਹੀ ਨਹੀਂ ਕੀਤਾ, ਬਸ ਦੇਖਿਆ PR ਹੈ ਤੇ ਚੁੱਕ ਕੇ ਵਿਆਹ ਕਰਾ ਲਿਆ। ਮੈਨੂੰ ਸਮਝ ਨਹੀਂ ਆ ਰਹੀ ਮੇਰੀ ਅਕਲ 'ਤੇ ਕਿਉਂ ਪੱਥਰ ਪੈ ਗਏ ਸੀ। ਉਹ ਮੈਂ ਤਾਂ ਸਬਜ਼ੀ ਲਵਾਂ ਨਾ, ਉਹ ਵੀ 3-4 ਰੇੜੀਆਂ ਘੁੰਮ ਕੇ ਲੈਂਦੀ ਹਾਂ। ਇਹੀ ਤਾਂ ਸਾਰਿਆਂ ਨਾਲੋਂ ਵੱਡੀ ਗਲਤੀ ਹੋਈ ਹੈ ਮੰਮੀ, ਹੁਣ ਪਛਤਾਉਣ ਦਾ ਕੀ ਫਾਇਦਾ। ਦੇਖੋ ਜੀ, ਸਾਡਾ ਇਹ ਛੋਟਾ ਜਿਹਾ ਮੈਸੇਜ ਉਹਨਾਂ NRI ਵੀਰਾਂ ਅਤੇ ਭੈਣਾਂ ਲਈ ਹੈ ਜੋ ਇਸ ਤਰ੍ਹਾਂ ਦਾ ਫਰੋਡ ਕਰਦੇ ਨੇ। ਦੇਖੋ, ਅਗਲੇ ਦੀ ਬੜੀ ਮਿਹਨਤ ਦੀ ਕਮਾਈ ਹੁੰਦੀ ਹੈ, ਉਹ ਤੁਹਾਡੇ 'ਤੇ ਵਿਸ਼ਵਾਸ ਕਰਕੇ ਆਪਣਾ ਪੈਸਾ ਲਾਉਂਦਾ, ਬਾਅਦ 'ਚੋਂ ਉਹਦੇ ਨਾਲ ਫਰੋਡ ਹੁੰਦਾ ਅਤੇ ਉਹ ਕਿਸੇ ਜੋਗਾ ਨਹੀਂ ਰਹਿੰਦਾ। ਸੋ ਇੱਦਾਂ ਨਹੀਂ ਕਰਨਾ ਚਾਹੀਦਾ, ਕਿਉਂਕਿ 20-25 ਲੱਖ ਰੁਪਈਏ ਨਾਲ ਪੂਰੀ ਜ਼ਿੰਦਗੀ ਨਹੀਂ ਨਿਕਲਣੀ। ਔਰ ਜਿਹੜੇ ਇਸ ਤਰ੍ਹਾਂ ਦੇ ਫਰੋਡ ਹੋ ਰਹੇ ਨੇ ਉਹਦੇ ਵਿੱਚ ਵੀ ਸਾਡੀ ਹੀ ਗਲਤੀ ਹੈ, ਕਿਉਂਕਿ ਖਾਸ ਕਰਕੇ ਸਾਡੇ ਜਿਹੜੇ ਪੰਜਾਬੀ ਤਬਕਾ, ਸਾਡੇ ਮਾਂ ਬਾਪ ਸਾਨੂੰ ਬਚਪਨ ਤੋਂ ਹੀ ਆਹੀ ਗੱਲ ਕਹਿਣਾ ਸ਼ੁਰੂ ਕਰ ਦਿੰਦੇ ਨੇ ਕਿ ਜਦੋਂ ਪੁੱਤ ਤੂੰ ਵੱਡਾ ਹੋਏਗਾ, ਕੈਨੇਡਾ ਜਾਏਗਾ, ਅਮੈਰੀਕਾ ਜਾਏਗਾ, ਡਾਲਰ ਕਮਾਏਗਾ। ਉਹ ਕਿਤੇ ਨਾ ਕਿਤੇ ਸਾਡਾ ਮਾਇੰਡ ਸੈੱਟ ਹੋ ਜਾਂਦਾ ਕਿ ਅਸੀਂ ਕੈਨੇਡਾ ਅਮੈਰੀਕਾ ਜਾ ਕੇ ਹੀ ਡਾਲਰ ਕਮਾਵਾਂਗੇ। ਸੋ ਸਾਨੂੰ ਇਹ ਸੋਚ ਵੀ ਬਦਲਣ ਦੀ ਜ਼ਰੂਰਤ ਹੈ, ਔਰ ਇੰਡੀਆ 'ਚ ਵੀ ਬਹੁਤ ਕੰਮ ਹੋ ਸਕਦੇ ਨੇ ਜੇ ਇਹ ਸੋਚ ਸਾਡੀ ਬਦਲੀਏ ਤਾਂ ਸਾਡੇ ਨਾਲ ਸ਼ਾਇਦ ਇੱਦਾਂ ਦੇ ਫਰੋਡ ਨਾ ਹੋਣ। ਸੋ ਜਿਹੜੇ NRI ਵੀਰ ਭੈਣ ਇੱਦਾਂ ਕਰਦੇ ਨੇ ਉਹਨਾਂ 1-2 ਕਰਕੇ ਸਾਰਾ ਹੀ NRI ਤਬਕਾ ਬਦਨਾਮ ਹੋ ਜਾਂਦਾ। ਉਹ ਕਹਿੰਦੇ ਨੇ ਇੱਕ ਗੰਦੀ ਮੱਛਲੀ ਪੂਰੇ ਤਲਾਅ ਨੂੰ ਗੰਦਾ ਕਰ ਦਿੰਦੀ ਹੈ, ਅਤੇ ਇੱਦਾਂ ਨਹੀਂ ਕਰਨਾ ਚਾਹੀਦਾ। ਬਾਕੀ ਤੁਹਾਨੂੰ ਸਾਡਾ ਇਹ ਮੈਸੇਜ ਕਿੱਦਾਂ ਦਾ ਲੱਗਿਆ ਸਾਨੂੰ ਦੱਸਿਓ ਜ਼ਰੂਰ। ਮਿਲਦੇ ਹਾਂ ਜੀ ਕੱਲ੍ਹ ਇੱਕ ਹੋਰ ਨਵੀਂ ਵੀਡੀਓ ਦੇ ਨਾਲ, ਇੱਕ ਹੋਰ ਨਵੇਂ ਮੈਸੇਜ ਦੇ ਨਾਲ। ਹੁਣ ਦਿਓ ਜੀ ਇਜਾਜ਼ਤ, ਸਤਿ ਸ਼੍ਰੀ ਅਕਾਲ।